ਕਹਿੰਦਾ ਚੋਰ ਦਾ ਕਰਦੇ ਜਾਣੇ ਹੁਣ ਪਿੱਛ ਲਗਾ ਲੈਦੇ ਬਰਾਬਰ ਦੀ ਜੋੜ ਦੇ ਲੱਗੇ ਜਾਂਦਾ ਦੋਨਾਂ ਮੱਲਾਂ ਵਿੱਚ ਦੇਖਦੇ ਤਾਂ ਹੁੰਦਾ ਜਿਹੜੇ ਜਿਹੜੇ ਬੱਬੇ ਨੂੰ ਪਿਆਰ ਕਰਦੇ ਕਰ ਤਾੜੀ ਮਾਰ ਕੇ ਦੱਸੋ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਜਿਹੜੇ ਨਦੀਮ ਨੂੰ ਪਿਆਰ ਕਰਦੇ ਹੁਣ ਇੱਕ ਵਾਰ ਫੇਰ ਤਾੜੀ ਮਾਰ ਕੇ ਦੱਸੋ ਬਈ ਤਾੜੀਆਂ ਵੀ ਕਹਿੰਦੇ ਬਰਾਬਰ ਦੀਆਂ ਵਧੀਆ ਕਹਿੰਦੇ ਜਦ ਚੋਲ ਬਰਾਬਰ ਕਰੇ ਤਾੜੀਆਂ ਵੀ ਬਰਾਬਰ ਦੀਆਂ ਵਧੀਆ ਇਹਦੇ ਗੱਲ ਉਹ ਹੋਣੀ ਹੈ ਜੇ ਸੱਪ ਨੂੰ ਸੱਪ ਲੈਣੇ ਫਿਰ ਬੇਸ਼ਕੀ ਨੂੰ ਜਿਹੜੇ ਰੱਖੀਏ ਜਵਾਨੀਆਂ ਉਹ ਪੁੱਤ ਦੇ ਅਖਾੜੇ ਵਿੱਚ ਉੱਠਣੇ ਨਿਸ਼ਾਨੀਆਂ ਕਹਿੰਦਾ ਜਿੱਤ ਹਰ ਪਾਸੇ ਰੱਖੇ ਉਹ ਨਾ ਬਟੇ ਹਾਨੀਆਂ ਫੇਰ ਜਾ ਕੇ ਹੁੰਦੀਆਂ ਨੇ ਸੋਨੂੰ ਪਹਿਲਵਾਨੀਆਂ ਕਹਿੰਦਾ ਫੇਰ ਜਾ ਕੇ ਹੁੰਦੀਆਂ ਨੇ ਸੋਨੂੰ ਪਹਿਲਵਾਨੀਆਂ ਲੱਗ ਗਏ ਇਹਦਾਂ ਦੇ ਗੱਲ ਕਿਹੜੇ ਲੁੱਕ ਜਾਂਦੇ ਹੈ ਭਾਈ ਬੱਜੀ ਆਪ ਮਾਲੀ ਵਾਲੇ ਮਾਲੇ ਤੇ ਆਉਂਦੇ ਬਿਨਿਆ ਮੀਨ ਪਹਿਲਵਾਨੀ ਜੱਬੂ ਚਾਚਾ ਜੀ ਅਰਜਨ ਚਾਚਾ ਜੀ ਜੰਮਦੇ ਨੇ ਕਹਿੰਦਾ ਨਿੱਤ ਜੰਮਦੇ ਨੇ ਜੋ ਨਾ ਹੁੰਦੇ ਨਾ ਕਿਸੇ ਕੰਮ ਦੇ ਨੇ ਇਹ ਨਾਮੀ ਬੰਦੇ ਦੁਨੀਆਂ ਦੇ ਕਹਿੰਦਾ ਕਦੀ ਕਦੀ ਜੰਮਦੇ ਨੇ ਇਹ ਕਦੀ ਕਦੀ ਜੰਮਦੇ ਆ ਮਾਲ ਇੱਦਾਂ ਦੇ ਵਾਹ ਵੀ ਵਾਹ ਤੇ ਏਦਾਂ ਦੇ ਮੰਨ ਲਓ ਯੂਟਿਊਬ ਦੇ ਕਹਿੰਦੇ ਕਾਰਜੀ ਦੇ ਤੇ ਮਿਸ ਪੂਜਾ ਦੇ ਗਾਣੇ ਸੁਣ ਕੇ ਮੰਨ ਨਹੀਂ ਬਣਦੇ ਏਦਾਂ ਦੇ ਮੰਨ ਲਓ ਕਹਿੰਦਾ ਪਬਜੀ ਦੇ ਬਾਅਦ ਖੇਡ ਕੇ ਨਹੀਂ ਬਣਦੇ ਉਹ ਏਦਾਂ ਦੇ ਮੰਨ ਕਹਿੰਦੇ ਬਣਾਉਣ ਲਈ ਦਿਨ ਰਾਤ ਇੱਕ ਕਰਨਾ ਪੈਂਦਾ ਉਹ ਘਰਾਂ ਦੇ ਘਰ ਡਿੱਗ ਜਾਂਦੇ ਆ ਜਦ ਕਹਿੰਦਾ ਏਦਾਂ ਦੇ ਮੰਨ ਬਣਾਉਣੇ ਹੁੰਦੇ ਆ ਬਾਪੂ ਪੂਰੀ ਮੱਝ ਲਿਆਵੇ ਦੁੱਧ ਜਿਹਦਾ ਡੈਰੀ ਨਾ ਚਾਵੇ ਕਿ ਚਾਰ ਤਾਂ ਬੱਕਰੇ ਦਾ ਪਾਉਣਾ ਹੀ ਪੈਂਦਾ ਜੇ ਪੁੱਤ ਨੂੰ ਮੱਲ ਬਣਾਉਣਾ ਸੋਨੂੰ ਵੱਡੇ ਮੱਲ ਆ ਜੇ ਵੀ ਜਿਹੜੇ ਵੱਡੇ ਮੱਲ ਚਾਰ ਮੱਲ ਆਖਰ ਸਿਹਰੇ ਦਾ ਮੱਲ ਆ ਨਹੀਂ ਜਿਹੜੀ ਕਹਿੰਦੇ ਟੁੱਟੀ ਬੋਲਦੀ ਹੈ ਮੱਝ ਜਿਹਦੇ ਮੱਝਾਂ ਵਿੱਚੋਂ ਆਖਰ
ਖੇੜੀਆਂ ਅਮੀਰ ਪਹਿਲਵਾਨ ਜੰਮੂ ਰੁਸਤ ਨੇ ਹਿੰਦ ਸਾਡੇ ਫਿਰ ਪਿੜੀਆਂ ਪਹਿਲਵਾਨ ਜਿੱਥੇ ਮੈਂ ਸੁਣ ਲਿਆ ਪਿੜੀਆਂ ਪਹਿਲਵਾਨ ਵੀ ਖਾਣੇ ਦੇ ਚਾਹੀਦੇ ਇਸੇ ਤਰ੍ਹਾਂ ਰਵੀ ਬੇਰਾ ਤੇ ਪ੍ਰਾਂਤ ਪਹਿਲਵਾਨ ਹਰਿਆਣਾ ਚਾਂਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨੇ ਨੌਜਵਾਨਾਂ ਦੇ ਦਰਮਿਆਨ ਦੇਖਦੇ ਕੌਣ ਦੇ ਕਿਤਾਬਾਂ ਫੜਦਾ ਸਮੇਂ ਦੀ ਹੋਣਗੀਆਂ ਬਾਬਾ ਕਹਿੰਦੇ ਸਮੇਂ ਦੀ ਹੋਣਗੀਆਂ ਬਾਕੀ ਸਵੇਰੇ ਦਾ ਯੁੱਗ ਪ੍ਰਬੰਧਕ ਕਮੇਟੀ ਅਸੀਂ ਯੁਵਰਾਜ ਵਾਲੀ ਕੁਸ਼ਤੀ ਨੂੰ ਆ ਕੇ ਪਹਿਲਵਾਨੀ ਨਾ ਸਮਾਂ ਨੀ ਸਾਡੇ ਕੋਲ ਹੁਣ ਦੋ ਕੁਸ਼ਤੀਆਂ ਰਹਿ ਗਈਆਂ ਸਾਡੇ ਕੋਲ ਅੱਜ ਸ਼ਾਮ ਵਾਲਾ ਬੱਚੇ ਚਾਲੀ ਸਰ ਆਹ ਸੈਂਟਰ ਦੇ ਵਿੱਚ ਸਾਹਿਲ ਪਹਿਲਵਾਨ ਹਰਿਆਸੀ ਭਾਈ ਸਾਹਿਲ ਇੱਕ ਮਿੰਟ ਦਾ ਸਮਾਂ ਔਰ ਮੇਜਰ ਪਹਿਲਵਾਨ ਡੇਰਾ ਬਾਬਾ ਵਾਲਾ ਲੋਕ ਮੈਦਾਨ ਦੇ ਵਿੱਚ ਮੁੱਕ ਚੁੱਕੇ ਹੈ ਭਾਈ ਬੇਨਤੀ ਕਰਾਂਗੇ ਜੰਮੂ ਕਸ਼ਮੀਰ ਖਾਣੇ ਵਿੱਚ ਪੁੱਜੇ ਭਾਈ ਬਿਣੀਆਂ ਪਹਿਲਵਾਨ ਜਿੱਥੇ ਗੱਲ ਸੁਣਦਾ ਖਾਣੇ ਵਿੱਚ ਪੁੱਜੇ ਬਿਣੀਆਂ ਪਹਿਲਵਾਨ ਜੰਮੂ ਆਦਰ ਪਹਿਲਵਾਨ ਰਵੀ ਵੇਰਾ ਜਿੱਥੇ ਵੀ ਗੱਲ ਸੁਣਦਾ ਵੀ ਖਾਣੇ ਵਿੱਚ ਪਹੁੰਚੇ ਦੀ ਕਿਰਪਾਲਤਾ ਕਰੇ ਆ ਕੇ ਆਦਰ ਚਾਹੁੰਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦੇ ਦਰਮਿਆਨ ਕਸ਼ਮੀਰਾਂ ਦਾ ਯੁੱਧ ਹੁੰਦਾ ਗਾ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਸੂਰਜ ਵੀ ਅੱਗ ਦਾ ਸਾ ਦੇ ਉਹ ਧੁੱਪਾਂ ਜੋੜ ਕੇ ਹਾਰਦੀ ਹੈ ਕਹਿੰਦਾ ਕੱਟਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡਾਂ ਨੂੰ ਸਾੜਦੀ ਆ ਇਹ ਪੱਗ ਵਿੱਚ ਛੱਡਿਆ ਯਾਰੋ ਨਹੀਂ ਘਰ ਜਾਈਆਂ ਦਾ ਸੁੱਖੀ ਕੱਕਰ ਵਾਲੇ ਵੇਖ ਸੁੱਖੀ ਕੱਕਰ ਵਾਲੇ ਵੇਖ ਮਿਲ ਮਿਹਨਤ ਵਾਲਿਆਂ ਦਾ ਕਹਿੰਦਾ ਸੁੱਖੀ ਕੱਕਰ ਵਾਲੇ ਵੇਖ ਮਿਲ ਮਿਹਨਤ ਵਾਲਿਆਂ ਦਾ ਕਹਿੰਦੇ ਮਿਲ ਮਿਹਨਤ ਵਾਲਿਆਂ ਦਾ ਇਸ ਤਰ੍ਹਾਂ ਕਰਮ ਰਵੀ ਪਹਿਲਵਾਨ ਦੇ ਨਾਲ ਕੁਸ਼ਤੀ ਚੰਗੀ ਲੱਗਦੀ ਹੈ ਕਿਦਾਂ ਤਾੜੀ ਲਾ ਕੇ ਦੱਸੋ ਬਹੁਤ ਵਧੀਆ ਮੁਕਾਬਲਾ ਆਪਣੇ ਟਾਈਮ ਦੇ ਵਿੱਚ ਦੱਸ ਰਿਹਾ ਇਹ ਜਿਹਨਾਂ ਕੀਤੀਆਂ ਮਿਹਨਤਾਂ ਉੱਠ ਤੜਕੀ ਪੈਂਦਾ ਹੈ ਵਿੱਚ ਮੈਦਾਨਾਂ ਦੇ ਕਿੱਲਿਆਂ ਦੇ ਵਿੱਚ ਭੇੜ ਜੁੜਦੇ ਜਦ ਭੇੜ ਹੁੰਦੇ ਨੇ ਸਾਨਾਂ ਦੀ ਤੇ ਘਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ ਉਹ ਵੱਡੇ ਜਿਗਰੇ ਵੇਖ ਜਵਾਨਾਂ ਦੇ ਅਮਲ ਤੇਰੇ ਬਾਬੇ ਨਾਨਕ ਉਹ ਜਿਹੜਾ ਮਾਲ ਗੁਰੂ ਦੀ ਚੰਗੀ ਹੈ ਉਹੀ ਖੜਦੇ ਨੇ ਮੋੜੇ ਪਾਣੀ ਦਵਾਦਾ ਜੀ ਮੋੜੇ ਖੜਦੇ ਨੇ ਮੋੜੇ ਖੜਦੇ ਨੇ
ਭਾਈ ਬੇਨਤੀ ਕਰਾਂਗੇ ਪਹਿਲਵਾਨ ਬਣੀਆਂ ਆਮੀ ਜਿੱਥੇ ਵੀ ਰਾਜ ਸੰਗਤ ਪੰਚਾਇਤ ਕਰੋ ਆ ਕੇ ਅਸੀਂ ਮਾਈਕ ਲੈ ਕੇ ਦਰਸ਼ਨ ਲੈ ਕੇ ਪਹਿਲਵਾਨ ਰਵੀ ਮੇਰਾ ਬੋਲੋ ਯਾਰ ਦੋ ਸੀ ਪੈਸੇ ਤੋਂ ਪਹਿਲਾਂ ਬੋਲੇ ਹੁਣ ਪੈਸੇ ਦੋ ਸੀ ਯਾਰ ਪਹਿਲਾਂ ਤੋਂ ਬੋਲੀ ਆਏ ਹੁਣ ਬੋਲਾ ਕੋਈ ਨਹੀਂ ਬੋਲੋ ਨਾ ਸਾਰੇ ਬੋਲੋ ਫਿਰ ਦੋ ਸੀ ਪਹਿਲਾਂ ਬੋਲਿਆ ਦੋ ਸੀ ਪੈਸੇ ਯਾਰ ਚੱਕ ਯਾਰ ਚੱਕ ਨੀ ਯਾਰ ਸਾਡਾ ਬੰਦਾ ਭੁੱਲਿਆ ਹੁਣ ਪੈਸੇ ਨੀ ਦੋਏ ਸੀ ਮੈਂ ਤਾਂ ਭੁੱਲਣ ਨੂੰ ਤਿਆਰ ਸੀ ਭਾਈ ਧਿਆਨ ਦਿਓ ਆਉਣ ਵਾਲੀ ਜਿਹੜੀ 9 April 25 ਆਉਂਦੀ ਹੈ ਸਮਾਂ ਦੀ ਧਰਤੀ ਦਾ ਵੱਡਾ ਗੋਸ਼ੀ ਲੰਗਰ ਹੋਣਾ ਹੈ ਤਿਲਕ ਭਾਜੀ ਹੋਣਾ ਵੱਲੋਂ ਰਿਸ਼ ਭਾਜੀ ਹੋਣਾ ਵੱਲੋਂ ਸਮਸਤ ਲੰਗਰ ਕਮੇਟੀ ਵੱਲੋਂ ਜਿਹੜੀ ਜ਼ਰੂਰੀ ਅਨਾਊਂਸਮੈਂਟ ਹੈ ਪਹਿਲਵਾਨ ਨੋਟ ਕਰੋ ਠੀਕ 2 ਵਜੇ ਜਿਹੜਾ ਲੰਗਰ ਸ਼ੁਰੂ ਹੋਏਗਾ ਤੇ 4 ਵਜੇ ਤੱਕ ਜਿਹੜੀਆਂ ਧੰਨਵਾਦ